ਅੱਛਾ, ਉਹ ਕੋਈ ਮਸਲਾ ਸੀ ਜਿਹੜਾ ਅਸੀਂ ਡਿਸਕਸ ਕਰਨਾ ਸੀ ਫੈਸਲ ਸਾਹਿਬ, ਕੋਈ ਵਾਈਲਡ ਲਾਈਫ ਦੇ ਬਾਰੇ ਚ ਕੋਈ ਇਨਫੋਰਮੇਸ਼ਨ ਲਿਆਈ ਨੀ ਅੱਜ? ਓਏ ਤੂੰ ਅੱਗੇ ਅੰਦਰ ਬੈਠਾ ਵੀ ਦਿਮਾਗ ਖਾ ਲਿਆ ਉਹਦਾ, ਜਾਨਵਰਾਂ ਦਾ ਕੀ ਕਹਿ ਰਿਹਾ ਸਰ? ਨਹੀਂ ਉਸਤਾਦ ਜੀ, ਮੈਂ ਬੇਸਿਕ ਤੌਰ ਤੇ ਨਾ ਜਿਹੜੇ ਹੈਗੇ ਨੇ ਬਾਹਰਲੇ, ਯਾਨੀ ਕਿ ਉਹ ਤੁਹਾਡੇ ਬੜੇ ਫੈਨ ਹੈਗੇ ਨੇ ਬਾਹਰਲੇ, ਬਾਹਰਲੇ ਤੋਂ ਮੁਰਾਦ ਬਾਹਰਲੇ ਤੋਂ ਸੂਰਾਂ ਨੂੰ ਕਹਿੰਦੇ ਆ। ਨਹੀਂ ਨਹੀਂ, ਬਾਹਰਲੇ ਮੁਲਕਾਂ ਲਈ ਯਾਰ, ਓਵਰਸੀਜ਼ ਪਰਦੇਸੀ ਭਰਾ, ਓਵਰਸੀਜ਼ ਕਹਿ। ਹਾਂਜੀ ਉਸਤਾਦ ਜੀ, ਮੈਂ ਉਹਨਾਂ ਦੇ ਬਾਰੇ ਤੇ ਇੱਕ ਸ਼ੇਰ ਲਿਖਿਆ ਸੁਣਾਦਾ ਉਸਤਾਦ ਜੀ। ਨਹੀਂ, ਤੂੰ ਪਹਿਲੇ ਜਾਨਵਰਾਂ ਦੀ ਗੱਲ ਕਰ ਜਿਹੜੀ ਕਰਨਾ ਸੀ। ਮੈਨੂੰ ਲੱਗਦਾ ਪਰਿੰਦਿਆਂ ਦੀ ਜਨਮ ਜਿਹੜੀ ਅੰਦਰ ਪੌਣਾ ਘੰਟਾ, ਤੂੰ ਮੇਰੀ ਗੱਲ ਸੁਣਨਾ, ਤੂੰ ਇੱਕ ਕੰਮ ਕਰ। ਹਾਂਜੀ ਉਸਤਾਦ, ਤੂੰ ਅਜਿਹਾ ਅੰਦਰ 2 ਘੰਟੇ ਬੈਠੇ ਸਾਨੂੰ ਇੱਕ ਕਹਾਣੀ ਸੁਣਾਈ ਕਿ ਉਹ ਸ਼ੇਰ ਤੇ ਮਗਰਮੱਛ ਤੇ ਮੇਰੇ, ਤੂੰ ਇਦਾਂ ਕਰਨਾ, ਤੂੰ ਜਾਨਵਰਾਂ ਦੇ ਨਾਲ ਕੰਮ ਕਰ ਲਾ, ਮਗਰਮੱਛਾਂ ਪਾਲ ਲਾ, ਕੁਛ ਹੋਰ ਕਰ ਲਾ, ਚਿੜੀਆ ਘਰ ਚ ਨੌਕਰੀ ਕਰ ਲਾ, ਨਹੀਂ ਤੇ ਕੰਮ ਕਰ, ਲਾਹੌਰ ਜਾ ਤੈਨੂੰ ਮੈਂ ਇੱਕ ਦੁਕਾਨ ਦੱਸਦਾ, ਠੀਕ ਆ, ਉੱਥੋਂ ਥੋਕ 'ਚ ਚਿੜੀਆਂ ਲੈ ਤੇ ਵੱਡਾ ਪਿੰਜਰਾ ਲੈ, 2 ਵੱਡੇ ਪਿੰਜਰੇ ਲੈ, ਉਹਨਾਂ 'ਚ ਚਿੜੀਆਂ ਪਾ ਤੇ ਲਾਹੌਰ ਲਕਸ਼ਮੀ ਲੁਕਸ਼ਮੀ ਫਿਰ ਕੇ ਨਾ ਚਿੜੀਆਂ ਛੜਾਇਆ ਕਰ, ਬਈ ਚਿੜੀਆਂ ਛੜਾ ਲਓ, 50 ਰੁਪਏ ਦੀ ਚਿੜੀ ਛੜਾ ਲਓ। ਉਸਤਾਦ ਜੀ ਮੇਰੀ ਗੱਲ ਸੁਣੋ, ਲੇਕਿਨ ਸਭ ਤੋਂ ਪਹਿਲਾਂ ਪਤਾ ਕਰ ਲਈ ਕਿ ਅੰਦਰ ਕਿਸ ਕੇਸ 'ਚ ਹੋਈਆਂ ਨੇ ਚਿੜੀਆਂ, ਫਿਰ ਚੜਾਈ ਚਿੜੀਆਂ, ਚਿੜੀਆਂ ਇਸ ਕੇਸ ਅੰਦਰ ਹੋਈਆਂ ਨੇ ਕਿ ਉਹ ਪਾਕਿਸਤਾਨ ਦੇ ਵਿੱਚ ਆ ਗਈਆਂ ਔਰ ਚਿੜੀਆਂ, ਮੈਂ ਕਹਿੰਦਾ ਇਹਨੇ ਚਿੜੀਆਂ ਛੱਡਣੀਆਂ ਨੇ, ਇੱਕ ਦਿਨ ਇਹਨੇ ਚਿੜੀਆਂ ਛਡਾਉਣ ਵਾਸਤੇ ਨਾ ਚਿੜੀਆਂ ਸਾਰੀਆਂ ਇਹ ਭਰ ਲਿਆ ਆਪਣਾ ਪਿੰਜਰਾ, ਵਾਹਵਾ 250-300 ਇੱਕ ਪਾਸੇ, 250-300 ਇੱਕ ਪਾਸੇ, ਉਹ ਡਬਲ ਹੁੰਦਾ ਨਾ ਦਰਮਿਆਨ ਛੋਟੀ ਹੁੰਦੀ, ਉਹਨੇ ਭਰ ਲਿਆ ਕਿ ਮੈਂ ਚਿੜੀਆਂ ਛੱਡਣਗੇ, ਲੋਕੀ ਛਡਾਉਣਗੇ ਚਿੜੀਆਂ, ਠੀਕ ਆ, ਤੇ ਸੋਹਣਾ ਤਿਆਰ ਹੋ ਕੇ ਚਿੜੀਆਂ ਵਿੱਚ ਭਰ ਕੇ ਤੇ ਉਹ ਉੱਥੇ ਭੋਲ ਆਇਆ ਤੇ ਆ ਬਾਹਰ ਆ ਗਿਆ ਪੈਦਲ ਹੀ, ਤੇ ਲਕਸ਼ਮੀ ਚੌਂਕ ਆ ਕੇ ਗਈ, ਜੇ ਤਾਂ ਭਾਜੀ ਚਿੜੀਆਂ ਛਡਾ ਲਓ, ਚਿੜੀਆਂ ਆਹੋ, ਤੇ ਉਹਨੇ ਕਿਹਾ ਇੱਕ ਬੰਦੇ ਨੇ ਕਿਹਾ, ਉਹਨੇ ਕਿਹਾ ਯਾਰ ਛੱਡ ਕਿੰਨੇ ਦੀ ਚਿੜੀ, ਕਹਿੰਦਾ 50 ਰੁਪਏ ਦੀ, ਉਹਨੇ ਕਿਹਾ ਛੱਡ, ਤੇ ਉਹਨੇ ਵੇਖਿਆ ਥੱਲੇ ਪਿੰਜਰਾ ਜਾਂ ਨਹੀਂ, ਉਹਨੇ ਕਿਹਾ ਛੱਡ, ਕਹਿੰਦਾ ਭਾਜੀ ਉਹ ਤਾਂ ਮੈਂ ਘਰ ਹੀ ਛੱਡ ਆਇਆ, ਤੁਸੀਂ ਮੈਨੂੰ ਪੈਸੇ ਦੇ ਦਿਓ, ਮੈਂ ਅੱਲਾ ਦੀ ਕਿਸਮ ਜਾ ਕੇ ਛੱਡ ਦਿਆਂ। ਚਿੜੀਆਂ ਦਾ ਕੰਮ ਇਹਨੇ ਸ਼ੁਰੂ ਕੀਤਾ, ਇੱਕ ਬੰਦਾ ਕਹਿੰਦਾ ਛੱਡਣ ਦਿਆ, 50 ਰੁਪਏ ਦੀ ਚਿੜੀ ਛੱਡੀ ਜਾ ਰਿਹਾ, ਇੰਜ ਸਿੱਟਦਾ ਸੀ ਉੱਪਰੋਂ ਸੇਲ ਫੜ ਲੈਂਦਾ ਸੀ, ਉਹ ਫਿਰ ਤੁਹਾਨੂੰ ਲਿਆ ਕੇ ਨਾ ਉਹ ਬਾਟੇ ਜਿਹੇ ਪਾ ਕੇ ਫਿਰ ਉਹ ਚ ਸਿੱਟ ਦਿੰਦਾ ਸੀ, ਸਾਰੀ ਦਿਹਾੜੀ ਚਿੜੀਆਂ ਛੱਡਦਾ ਰਿਹਾ, ਚਿੜੀਆਂ ਆਉਂਦੀਆਂ ਹੀ, ਬਲਕਿ ਸੇਲ ਨੇ ਉੱਤੋਂ ਜਿਹੜੀਆਂ ਆਮ ਚਿੜੀਆਂ ਹੁੰਦੀਆਂ ਉਹ ਵੀ 500 ਫੜ ਕੇ ਵਿੱਚ ਹੀ ਪਾਤੀਆਂ। ਇੱਕ ਬੰਦੇ ਨੇ ਕਿਹਾ ਚਿੜੀਆਂ ਛੱਡਤੀਆਂ, ਕਹਿੰਦਾ ਹੋਇਆ ਬਸ ਛੱਡਤੀਆਂ। ਅੱਛਾ, ਇੱਕ ਦਿਨ ਇਹਨੇ ਚੋਗੀ ਕੀਤੀ, ਇਹਨੇ ਕਿਹਾ ਵੀ ਯਾਰ 100 ਚਿੜੀ ਹੈ ਤੇ 10 ਕੁ ਚਿੜੀਆਂ ਦੂਜੀਆਂ ਨੀ ਉਹ ਪੱਥਰ ਟੈਪ ਦੀਆਂ ਹੁੰਦੀਆਂ ਨਕਲੀ, ਉਹ ਵੀ ਵੇਚ ਸਿੱਟ ਦਿਓ, ਉਹ ਵੀ ਵਿੱਚ ਰੱਖ ਕੇ, ਤੇ ਇੱਕ ਬੰਦਾ ਆਇਆ ਕਹਿੰਦਾ ਯਾਰ 5 ਚਿੜੀਆਂ ਛੱਡ ਦਿਆ, 250, ਇਹਨੇ 5 ਫੜੀਆਂ, 1 ਪੱਥਰ ਵਾਲੀ ਫੜ ਲਈ, 4 ਉਹ, ਇਹਨੇ ਅੱਜ ਕਰਕੇ 4 ਸਿੱਟੀਆਂ ਨੇ, 4 ਉੱਡ ਗਈਆਂ, 1 ਗਾਹਕ ਦੇ ਸਿਰ 'ਚ ਵੱਜੀ। ਤੁਹਾਨੂੰ ਇਹੀ ਨੀ ਪਤਾ ਕਿ ਕਿੰਨਾ ਸਵਾਦ ਮਿਲਦਾ ਹੈਗਾ ਜਾਨਵਰ ਆਜ਼ਾਦ ਕਰਨ ਦਾ, ਕਿੰਨਾ ਸਵਾਦ ਹੈ। ਅਗਰ ਬੰਦਾ ਕੋਈ ਵੀ ਉਸਤਾਦ ਜੀ, ਅਗਰ ਕੋਈ ਸਾਹਬੇ ਹੈਸੀਅਤ ਆਵੇ ਤੇ ਕਿਸੇ ਕੈਦੀ ਨੂੰ ਰਿਹਾ ਕਰਾ ਦਿਓ, ਬਹੁਤ ਜ਼ਿਆਦਾ ਸਵਾਦ ਜੇ। ਚਿੜੀਆਂ ਤੁਸੀਂ ਕੋਸ਼ਿਸ਼ ਕਰੋ ਕਿ ਆਪਣੇ ਘਰ ਦੀ ਬੇਸਮੈਂਟ ਦੇ ਵਿੱਚ ਉਹ ਪ੍ਰਣਾਲੀ ਰੱਖੋ, ਵਿੱਚ ਬਾਜਰਾ ਪਾ ਕੇ, ਪਾਣੀ ਪਾ ਕੇ, ਕਿਤੇ ਵੀ ਰੱਖ ਲਓ ਬੇਸਮੈਂਟ, ਜਿੱਥੇ ਚਿੜੀਆਂ ਆਉਂਦੀਆਂ ਨੇ ਉੱਥੇ ਰੱਖੋ, ਉਹਦਾ ਘਰ ਨੀਵਾਂ ਨਾ, ਉਹਨੂੰ ਬੇਸਮੈਂਟ ਲੱਗਦੀ ਸਰ। ਨਹੀਂ ਨਹੀਂ ਯਾਰ, ਛੱਤ ਤੇ ਰੱਖੋ, ਉਹ ਜਿੰਨਾ ਦਾਣਾ ਖਾਣਗੀਆਂ। ਅਸਲ ਜਿਹੜੀ ਗੱਲਬਾਤ ਆ ਨਾ, ਜਿਹੜਾ ਤਰੀਕਾ ਵਾ ਸਹੀ, ਉਹ ਇਹ ਆ ਕਿ ਸੋਹਣਾ ਪਾਣੀ ਰੱਖ ਕੇ, ਠੀਕ ਆ ਜੀ, ਠੰਡਾ ਜਿਹਾ ਪਾਣੀ ਗਰਮੀਆਂ ਦੇ ਵਿੱਚ ਉੱਤੇ ਰੱਖੋ, ਠੀਕ ਆ, ਉਹਦੇ ਉੱਤੇ ਫੱਟੀ ਰੱਖ ਕੇ 5-7 ਇੱਟਾਂ ਰੱਖ ਦਿਓ, ਬਸ ਪਰਿੰਦਿਆਂ ਵਾਸਤੇ ਬੰਦ ਕਰ ਦਿਓ। ਹਾਂ, ਉੱਤੇ 5 ਇੱਟਾਂ ਵੀ ਰੱਖ ਦਿਓ, ਥੱਲੇ ਫੱਟੀ ਲਾ ਦਿਓ। ਉਹਨੂੰ ਫਿਰ ਚਿੜੀਆਂ ਲਈ ਕੀ ਫਾਇਦਾ? ਚਿੜੀਆਂ ਉਹਦੇ ਥੜੇ ਤੇ ਆ ਕੇ ਬਹਿਣਗੀਆਂ, ਤੇ ਪਾਣੀ, ਤੇ ਪਾਣੀ ਉਹਨਾਂ ਨੂੰ ਪਤਾ ਹੋਊਗਾ ਕਿ ਪਾਣੀ ਸਾਡੇ ਤੋਂ ਆ ਹੀ ਆ, ਪੀ ਲਾਂਗੇ, ਕੋਈ ਨੀ। ਬਾਕੀ ਜਿਹੜੀਆਂ ਵੀ ਲਾਉਣੀਆਂ ਉੱਥੇ ਪਾਣੀ ਆ, ਛੱਡਣ ਦਾ ਕੰਮ ਕਰਦਾ ਸੀ ਤੇ ਫਰਾਡੀਆਂ ਬੜਾ ਸੀ।
ਪਾਰ ਕੱਟ ਕੇ ਨਾ ਤੇ ਸਾਹਮਣੇ ਇੱਕ ਤਰਪਾਲ ਜਿਹੀ ਤੇ ਸੁੱਟੀ ਜਾ ਰਿਹਾ ਛੱਡ ਕੇ ਉਹ ਤਰਪਾਲ ਚ ਢੇਰੀ ਲੱਗ ਗਈ ਚਿੜੀਆਂ ਛੱਡਦਾ ਸੀ ਭਾਈ ਇੰਨੀਆਂ ਠੱਕੀਆਂ ਚਿੜੀਆਂ ਛੱਡਣ ਲਈ ਲੈ ਗਿਆ ਉਹ ਬੰਦੇ ਬੰਦਿਆਂ ਨੂੰ ਆਪ ਕਵੇ ਕਹਿੰਦਾ ਤੀਆਂ ਦੀ ਛੱਡ ਦੇ ਯਾਰ ਉਹ ਨਿਕਲਣ ਹੀ ਨਹੀਂ ਦਈਆਂ ਉੱਥੇ ਹੀ ਮਰੀਆਂ ਚਿੜੀਆਂ ਛੱਡੋ ਜਿੰਨਾ ਹੋ ਸਕਦਾ ਚਿੜੀਆਂ ਛੱਡਦਾ ਸੀ ਯਾਰ ਤੁਸੀਂ ਝੂਠ ਛੱਡ ਦੋ ਚਿੜੀਆਂ ਸੀ ਯਾਰ ਇਹਨੇ ਸੋਹਣਾ ਚਿੜੀਆਂ ਦੇ ਨਾ ਇੱਕ ਡੋਰੀ ਜੀ ਮਿਲਦੀ ਜਿਹੜੀ ਕੈਮਰੇ ਚ ਨਜ਼ਰ ਨਹੀਂ ਹੁੰਦੀ ਆਮ ਉਹ ਬਰੀਕ ਜੀਆਂ ਸਾਰੀਆਂ ਲੱਤਾਂ ਨਾਲ ਬੰਨ ਕੇ ਨਾ ਤੇ ਇੱਥੇ ਬੰਨੀਆਂ ਲੰਮੀਆਂ ਜੀਆਂ ਇਹਨੇ ਦੋ ਚਿੜੀਆਂ ਛੱਡੀਆਂ ਬਾਬਾ ਜੀ ਚਿੜੀਆਂ ਛੱਡਦਾ ਸੀ ਇੰਜ ਚਿੜੀਆਂ ਉੱਤੇ ਜਾਂਦੀ ਇਹ ਗਾਹਕ ਜਾਂਦਾ ਤੇ ਫੇਕ ਕੇ ਚੱਲਣ ਦੇ ਇੱਕ ਦਿਨ ਇੱਕ ਗਾਹਕ ਨੇ ਕਹਿੰਦੇ ਦੋ ਚਿੜੀਆਂ ਛੱਡੀਆਂ ਕਸਮ ਇਹਨੇ ਦੋ ਚਿੜੀਆਂ ਇੰਜ ਛੱਡੀਆਂ ਵਾ ਉਹਨਾਂ ਦਾ ਆਪਸ 'ਚ ਪੇਚਾ ਲੱਗਾ ਉਹ ਕੱਟੀਆਂ ਗਈਆਂ ਦੋਵੇਂ ਉੱਡੀਆਂ ਇੱਕ ਦਿਨ ਇਹਨੇ ਪੰਜ ਛੇ ਚਿੜੀਆਂ ਐਂ ਕਰਕੇ ਛੱਡੀਆਂ ਨੇ ਠੀਕ ਹੈ ਨਾ ਗਾਹਕ ਨੇ ਕਹਿੰਦੇ ਯਾਰ ਮੈਂ ਨੀ ਪੈਸੇ ਦੇਣੇ ਇਹ ਵਾਪਸ ਖਿੱਚਣ ਦਿਆ ਪੌਣਾ ਘੰਟਾ ਗੁੰਝਲ ਕੱਢਦਾ ਰਿਹਾ ਚਿੜੀਆਂ ਦੇ ਆਪਸ ਉਹ ਐਂ ਨੂੰ ਵੜ ਗਈ ਕੋਈ ਐਂ ਨੂੰ ਵੜ ਗਈ ਚਿੜੀਆਂ ਫੜ ਫੜ ਕੇ ਸਿੱਟ ਰਿਹਾ ਉਹਨਾਂ ਚਿੜੀਆਂ ਸੁਬਾਹ ਚਿੜੀਆਂ ਛੱਡਦਾ ਤੇ ਰਾਤ ਨੂੰ ਯਾਰਾਂ ਚ ਲੰਮੀਆਂ ਲੰਮੀਆਂ ਛੱਡਦਾ ਹਾਂ ਸਹੀ ਗੱਲ ਇੱਕ ਬੰਦਾ ਗਾਹਕ ਆਇਆ ਕਹਿੰਦਾ ਯਾਰ ਮੈਂ ਤੇਰਾ ਚਿੜੀਆਂ ਦਾ ਕੰਮ ਸੀ ਕਹਿੰਦਾ ਆਹੋ ਕਹਿੰਦਾ ਯਾਰ ਉਹ ਚਿੜੀਆਂ ਛਡਾਉਣੀਆਂ ਕਹਿੰਦਾ ਆਇਆ ਫਿਰ ਮੇਰੇ ਨਾਲ ਗੱਟ ਵਾਲੇ ਪਿੰਜਰਾ ਲਿਆ ਤੇ ਤਿੰਨ ਕੁ ਚਿੜੀਆਂ ਤੇ ਬਾਹਰ ਲਿਖਿਆ ਚਿੜੀਆਂ ਦਾ ਚੰਬਾ ਚਿੜੀਆਂ ਛੱਡਣ ਦਿਆ ਇੱਕ ਗਾਹਕ ਦੀਆਂ ਚਿੜੀਆਂ ਛੱਡਣ ਦਿਆ ਤੇ ਉਹ ਕਹਿੰਦੇ ਕੱਲੀਆਂ ਚਿੜੀਆਂ ਛੱਡ ਚਿੜੀਆਂ ਛੱਡਣ ਦੇ ਤੇ ਨਾਲ ਨਾਲ ਆਪਣਾ ਘਰ ਵੀ ਛੱਡੀ ਜਾ ਰਿਹਾ ਚਾਰ ਕੁ ਸੂਟ ਰੋਜ਼ ਲੈ ਆਉਂਦਾ ਅੱਛਾ ਚਿੜੀਆਂ ਛੱਡਣ ਦੇ ਇੱਕ ਬੰਦਾ ਆਇਆ ਉਹ ਕਹਿੰਦਾ ਚਿੜੀਆਂ ਛੱਡ ਉਹ ਚਿੜੀਆਂ ਛੱਡਣ ਲੱਗਾ ਉਹ ਕਹਿੰਦਾ ਉਹ ਮੇਰਾ ਪੈਰ ਵੀ ਛੱਡ ਪੈਰ ਤੇ ਪੈਰ ਰੱਖਿਆ ਆਹੋ ਫਰੀਦ ਵੀ ਚਿੜੀਆਂ ਛੱਡਣ ਗਿਆ ਕਹਿੰਦਾ ਜੇ ਮੈਂ ਬੱਚੇ ਛੱਡ ਸਕਦਾ ਚਿੜੀਆਂ ਵੀ ਛੱਡ ਸਕਦਾ ਅੱਛਾ ਇੱਕ ਬੰਦਾ ਕਹਿੰਦਾ ਕਿੰਨੇ ਦੀ ਚਿੜੀ ਛੱਡਦਾ ਕਹਿੰਦਾ ਜੀ 50 ਰੁਪਏ ਦੀ ਉਹ ਕਹਿੰਦਾ ਯਾਰ ਮੇਰੇ ਕੋਲ ਨਾ 35 ਆ ਉਹਦੇ ਸਾਈਡਾਂ ਨੇ ਇੱਕ ਪਾਰ ਕੱਟ ਕੇ ਤੈਨੂੰ ਛੱਡ ਦਿੱਤਾ 35 ਦੀ ਬਣਾ ਕੇ ਛੱਡਤਾ ਲੈ ਦੱਸ ਨੀਂਦ ਚ ਕਿਤੇ ਗਿਆ ਵਾ ਤੇ ਉਹਨਾਂ ਨੇ ਇਹਦੇ ਪਿੰਜਰੇ ਚ ਤਿੰਨ ਕੀ ਚਿੜੀਆਂ ਨਾਲ ਦੇ 26 ਚਿੜੀਆਂ ਉਹ ਬੰਦਾ ਛਡਾਉਣ ਆਇਆ ਉਹਦੀਆਂ 26 ਛੱਡਤੀ ਉਹਨੇ ਕਿਹਾ ਫੜ ਕੇ ਲਿਆ ਵਾਪਸ ਯਾਰ ਮੈਂ ਗੱਲ ਕਰ ਰਿਹਾ ਵਾ ਕਿ ਅਸੀਂ ਗ੍ਰਿਫਤ ਇਨਸਾਨ ਦੀ ਮਜ਼ਬੂਤ ਹੋਣੀ ਚਾਹੀਦੀ ਸਹੀ ਗੱਲ ਤੂੰ ਪਤਾ ਕੀ ਕਰ ਤੂੰ ਨਵਾਂ ਕੰਮ ਕਰ ਕਿਹੜਾ ਤੂੰ ਚਿੜੀਆਂ ਨਾ ਛੱਡ ਤੂੰ ਨਾ ਸੱਪ ਛੱਡ ਤੂੰ 8-10 ਸੱਪ ਟੋਕਰੇ ਚ ਪਾ ਕੇ ਲੈ ਲਓ ਜੀ ਸੱਪ ਛਡਾ ਲਓ ਪੈਸੇ ਦੇਵੇ 500 ਰੁਪਏ 2000 ਰੁਪਏ ਦੇ 4 ਸੱਪ ਛੱਡ ਉਸ ਤੋਂ ਬਾਅਦ ਵੇਖ ਮਹੱਲਾ ਖਾਲੀ ਹੁੰਦਾ ਫੈਸਲ ਸਾਹਿਬ ਨੇ ਸੱਪ ਆਜ਼ਾਦ ਕਰਾਏ ਸਾਹ ਜੀ ਮਾਸੂਮ ਜਾਨਵਰ ਆਜ਼ਾਦ ਕਰਾ ਦਿਓ ਉੱਥੇ ਮਹੱਲੇ ਜੀ ਆਜ਼ਾਦ ਕਰ ਦਿਓ ਬੜੇ ਤਜਰਬੇ ਕੀਤੇ ਨੇ ਕਸ਼ਮੀਰ ਪੁਲ ਤੇ ਮੱਝਾਂ ਲੈ ਕੇ 10-12 ਖਲੋਤਾ ਕਹਿੰਦਾ ਆਜ਼ਾਦ ਕਰਾਓ 2-2 ਲੱਖ ਰੁਪਏ ਦੀ ਛਡਵਾ ਲਓ ਤੇ ਉਹ ਕਹਿੰਦਾ ਨਹੀਂ ਕੋਈ ਹਲਕੀ ਜੀ ਸ਼ਾਇਦ ਦੱਸ ਤੇ ਉਹਨੂੰ ਕਹਿੰਦਾ ਲਾਲ ਭੱਬੂ ਚੜ ਗਏ ਅੱਛਾ ਇੱਕ ਦਿਨ ਨੇ ਸੋਚਿਆ ਕਹਿੰਦਾ ਕਾਰੋਬਾਰ ਲੈ ਗਿਆ ਰਿਮੋਟ ਵਾਲੀਆਂ ਕਾਰਾਂ ਪਿੰਜਰੇ ਚ ਪਾ ਕੇ ਲੈ ਗਿਆ ਕਹਿੰਦਾ ਜੀ ਕਾਰਾਂ ਛਡਾ ਲਓ ਇੱਕ ਬੰਦੇ ਨੇ ਪੈਸੇ ਦਿੱਤੇ ਬਾਹਰ ਕੱਢ ਕੇ ਰਿਮੋਟ ਨਾਲ ਚੜਾਤਾ ਉਹਨੂੰ ਇੱਕ ਵਕੀਲ ਆਇਆ ਕਹਿੰਦਾ ਯਾਰ ਚਿੜੀਆਂ ਛਡਾਉਣੀਆਂ ਸੀ ਕਹਿੰਦਾ ਮੈਂ ਚਿੜੀਆਂ ਛੱਡ ਦਿੰਦਾ ਤੁਸੀਂ ਮੇਰਾ ਵੀਰ ਜਿਹੜਾ ਸਾਈਕਲ ਦੇ ਕੇਸ 'ਚ ਉਹ ਚੜਾ ਦਿਓ ਉਹ ਸਿੰਘਾਂ ਨਾਲ ਲੈ ਆਓ ਜਿਹੜਾ ਟੁੱਡਾ ਮਾਰਦਾ 12 ਸਿੰਘਾਂ ਹਾਂ 12 ਸਿੰਘਾਂ ਜਿਹਦੇ ਨਾਲ ਖੇਲਦੇ ਵੀ ਆ 5-6 ਲਿਆ ਕੇ ਝਾਲ ਤੇ ਖਿਲਾਰਦੇ ਕਹਿੰਦਾ ਇਹਨੂੰ ਆਜ਼ਾਦ ਕਰਾਓ ਉਹ ਬੰਦੇ ਕਹਿੰਦੇ ਇਹਨੂੰ ਆਜ਼ਾਦ ਨੂੰ ਰਹਿੰਦੇ ਤੂੰ ਫੜ ਕਿੱਥੋਂ ਲਏ ਆ ਨਾ ਤੇ ਅਸੀਂ ਕਰਾ ਦਿੰਦੇ